ਨਕੋਦਰ ਨਿਊਜ਼ ਰਿਪੋਰਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ ਸਰਕਾਰ ਵੱਲੋਂ ਵੰਡੀ ਗਈ 2 ਰੁਪਏ ਕਿਲੋ ਵਾਲੀ ਕਣਕ ਅੱਜ 1 ਜੁਲਾਈ 2019 ਦਿਨ ਸੋਮਵਾਰ ਨੂੰ ਸ਼੍ਰੀ ਸ਼ਾਮ ਲਾਲ ਜੀ ਨਹਿਰ ਨਕੋਦਰ ਡੀਪੋ 'ਤੇ ਵੰਡੀ ਗਈ। ਪੰਜਾਬ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ 2 ਰੁਪਏ ਕਿਲੋ ਕਣਕ। ਇਸ ਮੌਕੇ 'ਤੇ ਗੁਰਦਿਆਲ ਸਿੰਘ ਭਾਟੀਆ, ਡੀਪੂ ਨਕੋਦਰ ਸ਼ਾਮ ਲਾਲ ਨਾਇਰ, ਸਚਿਨ ਨਾਇਰ, ਪਵਨ ਗਿੱਲ MC, ਕਿਰਨਦੇਵ ਧੀਰ, ਵਿਜੇ ਕੁਮਾਰ ਪੋਪਲੀ, ਨਵਨੀਤ ਨੀਤਾ, ਜਸਵੀਰ ਉੱਪਲ, ਕੁਲਦੀਪ ਸਿੰਘ, ਸਤਿੰਦਰਪਾਲ ਸਿੰਘ ਭਾਟੀਆ, ਬਲਰਾਜ ਭਰਦਵਾ ਹਾਜ਼ਰ ਸਨ। ਹਾਂਜੀ, ਅੱਜ ਕੀ ਪ੍ਰੋਗਰਾਮ ਜੀ? ਅੱਜ ਦਾ ਇਹ ਪੰਜਾਬ ਸਰਕਾਰ ਵੱਲੋਂ ਜਿਹੜਾ ਗਰੀਬਾਂ ਨੂੰ 2 ਰੁਪਏ ਕਿਲੋ ਆਟਾ ਦਾਲ ਦੀ ਸਕੀਮ ਦੇ ਤਹਿਤ ਅੱਜ ਨਕੋਦਰ ਸ਼ਹਿਰ ਦੇ ਵਿੱਚ ਗੁਰਦੇਵ ਸਿੰਘ ਸ਼ਾਮ ਲਾਲ ਡੀਪੂ ਹੋਲਡਰ ਦੇ ਇਕੱਠੇ ਹੋ ਕੇ ਸਾਰੇ ਸਤਿਕਾਰਯੋਗ ਸ਼ਹਿਰੀ ਨਿਵਾਸੀਆਂ ਨੇ, MC ਸਾਹਿਬਾਨ ਨੇ ਅੱਜ ਇੱਥੇ 2 ਰੁਪਏ ਕਿਲੋ ਦੀ ਜਿਹੜੀ ਕਣਕ ਵੰਡਣ ਦੀ ਸਕੀਮ ਆ ਉਹਦੇ ਤਹਿਤ ਲੋਕਾਂ ਨੂੰ ਅੱਜ ਜਿਹੜੀ ਕਣਕ ਵੰਡਣ ਦਾ ਕੰਮ ਜਿਹੜਾ ਇੱਥੇ ਆਰੰਭ ਹੋਇਆ। ਇਹ ਮੈਂ ਸਾਰੇ ਸ਼ਹਿਰ ਦੇ ਜਿੰਨੇ ਵੀ ਇਸ ਸਕੀਮ ਦੇ ਤਹਿਤ ਕਾਰਡ ਹੋਲਡਰ ਆ, ਨੀਲੇ ਕਾਰਡ ਹੋਲਡਰ, ਉਹਨਾਂ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਸਕੀਮ ਦੇ ਤਹਿਤ ਤੁਹਾਡਾ ਅਨਾਜ ਜਿਹੜੇ ਜਿਹੜੇ ਵੀ ਡੀਪੂ ਦੇ ਉੱਤੇ ਤੁਹਾਡਾ ਕਾਰਡ ਲੱਗਾ ਆ ਉੱਥੇ ਜਾ ਕੇ ਤੁਸੀਂ ਲੈ ਸਕਦੇ ਆ। ਕੋਈ ਐਸੀ ਗੱਲ ਨਹੀਂ ਹੈ ਕਿ ਕਿਸੇ ਨੇ ਤੁਹਾਨੂੰ ਜਿੱਦਾਂ ਕੁਛ ਘਬਰਾਹਟ ਹੁੰਦੀ ਆ ਕਿ ਅੱਜ ਹੀ ਕਣਕ ਇਹ ਮਿਲਣੀ ਹੈ। ਇਹ ਸਰਕਾਰ ਦੀਆਂ ਹਦਾਇਤਾਂ ਮੁਤਾਬਕ, ਡਿਪਾਰਟਮੈਂਟ ਦੀਆਂ ਹਦਾਇਤਾਂ ਮੁਤਾਬਕ ਡੀਪੂ ਹੋਲਡਰ ਭਰਾਵਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਇਹ ਇੱਕ ਕਾਰਡ ਦੀ ਜਿਹੜੀ ਕਣਕ ਆ ਉਸ ਕਾਰਡ ਹੋਲਡਰ ਨੂੰ ਜ਼ਰੂਰ ਦੇਣੀ ਆ, ਭਾਵਾਂ ਉਹ ਅੱਜ ਆਵੇ ਚਾਹੇ ਨਾ ਆਵੇ, ਚਾਹੇ ਉਹ 8 ਦਿਨਾਂ ਨੂੰ ਆਵੇ, ਚਾਹੇ ਉਹ 10 ਦਿਨਾਂ ਨੂੰ ਆਵੇ। ਮੈਂ ਇਸ ਕਰਕੇ ਸ਼ਹਿਰ ਨਿਵਾਸੀ ਸਾਰੇ ਹੀ ਕਾਰਡ ਹੋਲਡਰਾਂ ਨੂੰ ਬੜੀ ਪੁਰਜ਼ੋਰ ਬੇਨਤੀ ਔਰ ਅਪੀਲ ਕਰਦਾ ਕਿਸੇ ਵੀ ਘਬਰਾਹਟ 'ਚ ਆ ਕੇ ਇੱਕੋ ਹੀ ਦਿਨ ਰਾਸ਼ਨ ਲੈਣ ਆਉਣ ਦੀ ਖੇਚਲ ਨਹੀਂ ਕਰਨੀ। ਆਰਾਮ ਦੇ ਨਾਲ ਜਿੱਦਾਂ ਜਿੱਦਾਂ ਵੀ ਤੁਸੀਂ ਆਓ, ਜਦੋਂ ਰਸ਼ ਘੱਟ ਹੋਵੇ ਬਸ਼ੱਕ ਦੇਣੀ ਆ ਕੇ ਅਤੇ ਆਪਣਾ ਅਨਾਜ ਲਓ। ਅੱਜ ਕਿੰਨੇ ਡਿਪੂਆਂ ਦੇ ਆਈ ਆ? ਧੰਨਵਾਦੀ ਹਾਂ। ਜਿਹੜਾ ਅਗਲੀ ਵਾਰ ਜੋ ਸਾਨੂੰ ਪਤਾ ਆਪਣੀ ਪਾਰਟੀ ਤੋਂ ਸਰਦਾਰ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਿਹੜਾ ਚੋਣ ਵਾਅਦਾ ਆਪਣੇ 2017 ਦੇ ਵਿੱਚ ਜਨਤਾ ਨਾਲ ਕੀਤਾ ਸੀ, ਅਗਲਾ ਜਿਹੜੇ ਕਾਰਡ ਆ ਉਹ ਹੁਣ ਦੁਬਾਰਾ ਕਾਰਡ ਬਣਨੇ ਆ ਔਰ ਸਮਾਰਟ ਕਾਰਡ ਬਣਨੇ ਆ, ਔਰ ਉਹਦੇ ਵਿੱਚ ਜਿੱਥੇ ਤਾਈਂ ਸਾਨੂੰ ਜਾਣਕਾਰੀ ਪਾਰਟੀ ਤੋਂ ਮਿਲੀ ਆ ਉਹ ਖੰਡ ਦੀ ਵੀ ਨਾਲ ਵਰਤੋਂ, ਖੰਡ, ਚੀਨੀ, ਹੋਰ ਵੀ ਜਿਹੜੀਆਂ ਚੀਜ਼ਾਂ ਅਸੀਂ ਚੋਣ ਮੈਨੀਫੈਸਟੋ 'ਚ 17 ਦੇ ਵਿੱਚ ਸਾਡੀ ਪਾਰਟੀ ਨੇ ਘਿਓ, ਇਹ ਸਾਰਾ ਸਮਾਨ ਜਿਹੜਾ ਅਗਲੀ ਵਾਰੀ ਕਣਕ ਆਊਗੀ 6 ਮਹੀਨੇ ਵਾਲੀ ਉਹਦੇ ਵਿੱਚ ਉਹ ਸਾਰਾ ਸਮਾਨ ਵੀ ਮਿਲੂਗਾ। ਧੰਨਵਾਦੀ ਹਾਂ ਬਰਾੜ ਸਾਹਿਬ ਦੇ ਹਲਕਾ ਇੰਚਾਰਜ ਨਕੋਦਰ ਦੇ ਔਰ ਪੰਜਾਬ ਸਰਕਾਰ ਦੇ ਕੈਪਟਨ ਮਹਾਰਾਜਾ ਅਮਰਿੰਦਰ ਸਿੰਘ ਜੀ ਦੇ ਧੰਨਵਾਦੀ ਹਾਂ ਜਿਹਨਾਂ ਨੇ ਆਹ ਜਿਹੜੀ ਮੈਂ ਕਹਿੰਦਾ ਕਿ ਵੀ ਤੁਸੀਂ ਦੇਖਿਆ ਹੋਊਗਾ ਪਿਛਲੀਆਂ ਸਰਕਾਰਾਂ ਦੇ ਸਮੇਂ ਵੀ ਦੇਖਿਆ ਹੋਏਗਾ ਆਹ ਤੀਸਰੀ ਵਾਰੀ ਜਿਹੜੀ ਕਣਕ ਆ ਆਹ 2 ਰੁਪਏ ਕਿਲੋ ਵਾਲੀ ਕਿੰਨੇ ਸ਼ੋਰਟ ਟਰਮ ਦੇ ਵਿੱਚ ਲੋਕਾਂ ਨੂੰ ਮਿਲੀ ਆ ਔਰ ਲੋਕਾਂ ਨੂੰ ਕਿੰਨੀ ਇਹ ਸਹੂਲਤ ਆ। ਮੈਂ ਧੰਨਵਾਦੀ ਹਾਂ ਔਰ ਮੈਂ ਧੰਨਵਾਦੀ ਹਾਂ ਸ਼ਾਮ ਲਾਲ ਨਈਅਰ ਜੀ, ਡਿਪੂ ਹੋਲਡਰ, ਗੁਰਦਿਆਲ ਸਿੰਘ ਜੀ ਭਾਟੀਆ ਡਿਪੂ ਹੋਲਡਰ, ਹੋਰ ਮੇਰੇ ਸਤਿਕਾਰਯੋਗ ਸਾਥੀ ਜਸਵੀਰ ਸਿੰਘ ਜੀ ਉੱਪਲ, ਪ੍ਰਧਾਨ ਟਰੱਕ ਯੂਨੀਅਨ ਪਵਨ ਗਿੱਲ ਜੀ, ਚੇਅਰਮੈਨ ਡੇਰਾ ਬਾਬਾ ਲਾਲ ਬਾਦਸ਼ਾਹ, ਸਤਿੰਦਰ ਸਿੰਘ ਜੀ, ਬੱਬੂ ਭਾਟੀਆ, ਵਿਜੇ ਕੁਮਾਰ ਜੀ ਪੋਪਲੀ, ਨਵਨੀਤ ਨੀਤਾ ਜੀ MC, ਸਾਰੇ ਸਾਥੀਆਂ ਦਾ ਧੰਨਵਾਦੀ ਹਾਂ ਔਰ ਖਾਸ ਤੌਰ 'ਤੇ ਨਈਅਰ ਸਾਹਿਬ ਦਾ ਧੰਨਵਾਦੀ ਹਾਂ ਜਿਹੜੇ ਕਿ ਬਹੁਤ ਮਿਹਨਤ ਔਰ ਤਹਿ ਦਿਲੀ ਨਾਲ
ਸਾਰੇ ਯੂਨਿਟਾਂ ਨੂੰ, ਸਾਰੇ ਲੋਕਾਂ ਨੂੰ ਜਿਨ੍ਹਾਂ ਜਿਨ੍ਹਾਂ ਦਾ ਵੀ ਕਾਰਡ ਇਹਨਾਂ ਕੋਲ ਇੱਥੇ ਆ, ਔਰ ਪੂਰੀ ਦੀ ਪੂਰੀ ਕਣਕ ਇਹ ਹਰ ਵਾਰਡ ਦਿੰਦੇ ਆ। ਅੱਜ ਕਿੰਨੇ ਡਿਪੂਆਂ ਦੇ ਕਾਰਡ ਕਢਾਈ ਹੈ ਜੀ? ਅੱਜ ਸਰ ਕਿੰਨੇ? ਹਾਂ, ਲੋਕਾਂ ਦੀ ਸੁਵਿਧਾ ਲਈ ਨਈਅਰ ਸਾਹਿਬ ਦੱਸਦੇ ਆ ਅਗਲੇ ਵੀ ਗਰਮੀ ਬਹੁਤ ਆ ਤੇ ਅਸੀਂ ਚਾਨੀਆਂ ਲਵਾਤੀਆਂ ਅਗਲੇ ਵੀ ਕਮ ਸੇ ਕਮ ਲੋਕ ਛਾਵੇਂ ਖੜੇ। ਅੱਜ ਕਿੰਨੇ ਡਿਪੂਆਂ ਦੇ ਆਈ ਆ ਜੀ? ਅੱਜ ਕਿੰਨੇ ਡਿਪੂਆਂ ਦੇ ਕਾਰਡ ਆਈ ਹੈ? ਔਰ ਪਾਣੀ ਦੀ ਛਬੀਲ ਨਾਲ ਲਵਾਈ। ਅੱਜ ਕਿੰਨੇ ਡਿਪੂਆਂ ਦੇ ਕਾਰਡ ਕਢਾਈ ਹੈ ਜੀ? ਅੱਜ ਨਕੋਦਰ ਦੇ ਵਿੱਚ ਸ਼ਾਮ ਲਾਲ ਦੇ ਡਿਪੂ ਦੇ ਉੱਤੇ ਆਈ ਆ, ਬਾਕੀ ਇਹ ਸਾਰਾ ਦੱਸ ਦੇਣਗੇ ਤੇ ਇਹਨਾਂ ਦੇ ਕੋਲ ਕਿਹੜੇ ਕਿਹੜੇ ਡਿਪੂ ਦੀ ਹੋਰ ਵੀ ਸਪਲਾਈ ਆ। ਐਤਕੀ ਨਹੀਂ, ਸ਼ਾਇਦ ਅਗਲੀ ਵਾਰੀ ਖੰਡ, ਚਾਹ ਪੱਤੀ, ਘਿਓ ਇਹ ਜਿਹੜੀ ਸਾਨੂੰ ਵੀ ਸਕੀਮ ਆ, ਸ਼ਾਇਦ ਡਿਪੂ ਹੋਲਡਰਾਂ ਨੂੰ ਪਤਾ, ਤੁਸੀਂ ਡਿਪਾਰਟਮੈਂਟ ਤੋਂ ਵੀ ਪਤਾ ਕਰ ਸਕਦੇ ਹਾਂ ਫੂਡ ਐਂਡ ਸਪਲਾਈ ਤੋਂ। ਔਰ ਅਸੀਂ ਜਿਹੜਾ ਸਾਡਾ ਚੋਣ ਮੈਨੀਫੈਸਟੋ ਕੈਪਟਨ ਸਾਹਿਬ ਦਾ ਜਿਹੜਾ ਵਾਅਦਾ ਕੀਤਾ, ਅਸੀਂ ਲੋਕਾਂ ਨਾਲ ਪੂਰਾ ਕਰ। ਅੱਜ ਸ਼ਾਮ ਲਾਲ ਨਈਅਰ ਜੀ, ਅੱਜ ਕਿੰਨੇ ਡਿਪੂਆਂ 'ਤੇ ਆਈ ਹੈ ਜੀ ਕਣਕ? ਅੱਜ ਕੋਈ ਮਿਲਿਆ ਤਾਂ ਗਲਿਆਲ ਪਹਾੜੀ ਆਈ ਆ ਜੀ, ਬਾਕੀ ਮਤਲਬ ਕਿ ਡਿਪੂਆਂ ਦੇ, ਬਾਕੀ ਵੀ ਇਹ ਮੇਰਾ ਡਿਪੂ ਇਕੱਲਾ ਹੀ ਆ, ਤਾਂ ਬਾਕੀ ਡਿਪੂਆਂ ਦੇ ਉੱਤੇ ਵੀ ਦੋ ਚਾਰ ਦਿਨ ਜਾਏ ਅਤੇ ਹੋਰ ਵੀ ਕੋਈ ਸਮਾਨ ਆ ਰਿਹਾ ਨਾਲ ਸਾਡੇ ਨੂੰ? ਐਕਚੁਲੀ ਆ ਰਿਹਾ ਜੀ, ਅੱਜ ਅਗਲੀ ਵਾਰੀ ਕਣਕ ਮਿਲਣਾ ਜੀ, ਅੱਜ ਤੋਂ ਯਾਨੀ ਕਿ ਇੱਕ ਸਤੰਬਰ ਤੱਕ ਕਣਕ ਮਿਲੀ ਆ ਜੀ, ਅਪ੍ਰੈਲ ਤੋਂ ਸਤੰਬਰ ਤੱਕ, ਸਤੰਬਰ ਵਾਲੀ ਹਰੀ ਕਣਕ ਆਉਣੀ ਆ। ਉਹਦੇ ਵਿੱਚ ਉਹ ਸਰਕਾਰ ਨੇ ਜੋ ਤੁਹਾਨੂੰ ਕਿਹਾ ਆ ਕਿ ਉਹ ਖੰਡ ਤਾਂ ਚਾਹ ਪੱਤੀ ਕਣਕ ਕੀ ਰੇਟ ਦੇ ਰਹੀ ਹੈ? ਕਣਕ 2 ਰੁਪਏ ਕਿਲੋ ਜੀ, ਇੱਕ ਜੀ ਨੂੰ 6 ਮਹੀਨੇ 5 ਕਿਲੋ ਹੈ ਜੀ, ਜਿੰਨੇ ਜੀ ਆ ਜੀ 30 ਕਿਲੋ ਇੱਕ ਜੀ ਨੂੰ 30 ਕਿਲੋ ਮਿਲ ਜੀ।